ਬਾਬਾ ਜੀ ਬੇਨਤੀ ਆ, ਕਾਫਲਾ ਦੇਖਿਓ ਕਿੰਨਾ ਵੱਡਾ, ਵੀਡੀਓ ਨੂੰ ਲਾਸਟ ਤੱਕ ਦੇਖਿਓ, ਐਡਾ ਵੱਡਾ ਕਾਫਲਾ ਇੰਨੇ ਕਿਲੋਮੀਟਰ ਤੱਕ ਨਾ ਵੀ ਗਰੰਟੀ ਕਾਨੂੰਨ ਤਾਂ ਲੈ ਕੇ ਆਵਾਂਗੇ, ਦਿਖਾਉਂਦੇ ਹਾਂ ਤੁਹਾਨੂੰ ਗੱਡੀ ਦੇ ਅੰਦਰ। ਆ ਭਰਾ ਨੇ ਸਾਰੇ ਜਿਹੜੇ ਆਏ ਹੋਏ ਨੇ ਆਪਣੇ, ਕਿਸਾਨ ਏਕਤਾ ਜਿੰਦਾਬਾਦ। ਆ ਹੋ ਗਿਆ ਕਾਫਲਾ ਸਟਾਰਟ ਇੱਥੋਂ, ਹੁਣ ਦੇਖਿਓ ਬਾਬਾ ਜੀ। ਅਸੀਂ ਤਾਂ ਬਾਬਾ ਜੀ ਅੱਜ ਵਾਲੀ ਮੀਟਿੰਗ 'ਚ ਕਰਦੇ ਸਾਡਾ ਹੱਲ, ਨਹੀਂ ਤਾਂ ਬਾਬਾ ਜੀ ਧੱਕੇ ਨਾਲ ਲੈ ਕੇ ਜਾਵਾਂਗੇ ਆਪਣੇ ਹੱਕ, ਛੱਡਦੇ ਕੋਈ ਨਹੀਂ। ਬਹੁਤ ਟਾਈਮ ਹੋ ਗਿਆ ਸਰਕਾਰਾਂ ਦਾ ਧੱਕਾ ਕਰਦੇ ਹੋਏ ਸਾਡੇ ਨਾਲ, ਕਿਸਾਨਾਂ ਨਾਲ, ਸਾਡੇ ਬਣਦੇ ਹੱਕ ਨੇ। ਬਸ ਬੇਨਤੀ ਆਹੀ ਹੈ ਬਾਬਾ ਜੀ, ਵੀਡੀਓ ਪੂਰੀ ਦੇਖਿਓ ਵੀ ਕਾਫਲੇ ਕਿੰਨੇ ਨੇ। 2000 ਟਰਾਲੀ ਨਾ 12 ਤਰੀਕ ਨੂੰ ਪਹੁੰਚ ਚੁੱਕੀ ਆ, ਤੇ ਹਜੇ ਤਾਂ ਸਿੱਧੂ ਪਰ ਯੂਨੀਅਨ ਆਣੀ ਆ, ਅਜੇ ਤਾਂ 21 ਯੂਨੀਅਨ ਆਈ ਆ, ਤੇ ਸਾਡੇ ਹਜ਼ਾਰਾਂ ਟਰਾਲੀਆਂ ਜਦੋਂ ਹਰਿਆਣੇ 'ਚ ਜੁੜਨੀਆਂ, ਤੇ ਹਰਿਆਣਾ ਜੁੜਨਾ ਨਾਲ ਦਿੱਲੀ ਦੇ ਤਾਂ ਨਾ ਨਾਸਾਂ 'ਚ ਧੂੰਆਂ ਕਢਾ ਦਾਂਗੇ ਕੱਲ ਨੂੰ। ਬੇਨਤੀ ਆ ਬਾਬਾ ਜੀ ਆਪਣੇ ਹੱਕਾਂ ਪਿੱਛੋਂ ਆਹ ਝੁੱਟੀ ਮਾਰ ਲਿਓ, ਲੜਾਈ ਲਾਸਟ ਲੜਾਈ ਸੋਚ ਕੇ ਕਿ ਆਪਣੀ ਪੀੜ੍ਹੀ ਵਾਸਤੇ, ਆਪਣੀ ਫਸਲ ਵਾਸਤੇ, ਆਪਣੀ ਨਸਲ ਵਾਸਤੇ ਲਾਸਟ ਲੜਾਈ ਸੋਚ ਕੇ। ਦੇਖਿਓ ਬਾਬਾ ਜੀ ਬਹੁਤ ਬਹੁਤ ਟਰਾਲੀਆਂ ਨੇ, ਹਜੇ ਤਾਂ ਫਤਿਹਗੜ੍ਹ ਸਾਹਿਬ ਮੰਡੀ ਭਰ ਗਈ ਸੀ, ਫੇਰ ਆ ਕੇ ਇਹ ਇੱਥੇ ਸੜਕ ਤੇ ਲੱਗੀਆਂ ਨੇ, ਤੇ ਸਵੇਰੇ ਜਦੋਂ ਜਾਹੋ ਜਲਾਲ ਦਿਖਾਵਾਂਗੇ ਨਾ, ਜਦੋਂ ਸਾਡੇ ਲੀਡਰਾਂ ਨੇ ਹੁਕਮ ਕਰਤਾ, ਪੱਧਰਾ ਕਰ ਦਾਂਗੇ ਸਾਰੇ ਸੰਭੂ ਟੋਲ ਟੈਕਸ ਨੂੰ, ਆਪਣੇ ਹੱਕ ਲੈ ਕੇ ਆਣੇ ਨੇ। ਫੇਰ ਕਹਿ ਰਹੇ ਆ ਮੋਦੀ ਨੂੰ ਕਿ ਕਰਦੇ ਸਾਡਾ ਮੀਟਿੰਗ 'ਚ ਹੱਲ, ਸਾਡਾ ਬਣਦਾ ਹੱਕ ਆ ਐਮਐਸਪੀ ਗਰੰਟੀ ਕਾਨੂੰਨ। ਸਾਰਿਆਂ ਨੂੰ ਆਹੀ ਬੇਨਤੀ ਆ ਬਾਬਾ ਜੀ, ਆਪਣੇ ਹੱਕਾਂ ਪਿੱਛਾ ਨਿਕਲੋ, ਠੀਕ ਹੈ ਨਾ, ਆਪਣੀ ਫਸਲ ਪਿੱਛੇ, ਨਸਲ ਪਿੱਛੇ ਨਿਕਲੋ ਸਾਰੇ ਦੇ ਸਾਰੇ, ਆਪਣੀ ਪੀੜ੍ਹੀ ਨੂੰ ਬਚਾਉਣ ਪਿੱਛੇ ਨਿਕਲੋ, ਨਹੀਂ ਇਹ ਕਾਰਪੋਰੇਟ ਨੇ ਗੁਲਾਮ ਕਰ ਲੈਣੀ ਆ। ਦੇਖੋ ਬਾਬਾ ਜੀ ਕਾਫਲਾ ਕਿੰਨਾ ਵੱਡਾ ਆ, ਪਤਾ ਨੀ ਕਿੰਨੇ ਕਿਲੋਮੀਟਰ ਤੱਕ ਆ। ਕੋਈ ਲੀਡਰ ਲੋੜ ਤਾਂ ਲੱਗਦਾ। ਆ ਦੇਖੋ ਬਾਬਾ ਜੀ ਕੀ ਕਰ ਲੈਣਗੇ ਬੈਰੀਗੇਡ ਸਾਡਾ, ਆ ਤਾਂ ਪਹੁੰਚ ਲਏ ਕਾਫਲੇ, ਹੁਣ ਨੀ ਰੁਕਦੇ। ਜੇ ਅੱਜ ਜੇ ਮੀਟਿੰਗ 'ਚ ਹੱਲ ਨਾ ਹੋਇਆ ਨਾ, ਸਾਰਾ ਸੌਦਾ ਪੱਟ ਗਿਆ ਵਾ। ਕਾਫਲਾ ਦੇਖਿਓ ਬਾਬਾ ਜੀ ਕਿੰਨਾ ਵੱਡਾ, ਵੀਡੀਓ ਨੂੰ ਐਂਡ ਤੱਕ ਦੇਖਿਓ, ਬਹੁਤ ਵੱਡੇ ਕਾਫਲੇ ਨੇ, ਬਹੁਤ ਵੱਡੇ ਕਾਫਲੇ ਨੇ।